ਹਾਂ ਜੀ, ਗਰੁੱਪ ਦੇ ਸਾਰੇ ਗੁਰੂਜਨ ਔਰ ਦੋਸਤ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਇਹ ਜਸਤ ਹੈ ਜੀ, ਠੀਕ ਹੈ ਜੀ। ਇਹ ਚਾਰ ਤੋਲੇ ਜਸਤ, ਇੱਕ ਤੋਲਾ ਮੈਂਸਲ, ਇੱਕ ਤੋਲਾ ਵਰਕੀਆ, ਇੱਕ ਤੋਲਾ ਬਿਰਲਾ ਸੰਖਿਆ ਅਤੇ ਇੱਕ ਤੋਲਾ ਸਿੰਗਰਫ ਕਾਇਮ ਕਰਕੇ ਮਾਰੇ ਨੇ ਜੀ। ਉਸ ਤੋਂ ਬਾਅਦ ਇਹਦਾ ਕੁਛ ਤਾਂ ਹੋ ਗਿਆ ਜੀ, ਜਦੋਂ ਚੁਟਕੀ ਚੁਟਕੀ ਮਾਰਿਆ ਜਸਤ ਦੇ ਉੱਪਰ। ਉਸ ਤੋਂ ਬਾਅਦ ਇਹਦਾ ਇਹ ਮਿੱਟੀ ਗਿੱਡੀ ਹੈ, ਡਿੱਗੀ ਆ ਜੀ ਨੀਚੇ ਸੁਰਖ ਰੰਗ ਦੇ ਵਿੱਚ। ਇਹ ਜਸਤ ਦੀ ਜਿਹੜੀ ਮਿੱਟੀ ਹੈ ਇਹ ਗਿਰੀ ਹੈ ਜੀ। ਅੱਗੇ ਤੋਂ ਕਿਸ ਤਰੀਕੇ ਨਾਲ ਇਹ ਕੰਮ ਲੈ ਸਕਦੇ ਹਾਂ, ਜਿਸ ਵੀਰ ਨੂੰ ਜਾਣਕਾਰੀ ਹੈ ਜੀ ਉਹ ਇਸ ਹਵਾਲੇ ਤੋਂ ਜਾਣਕਾਰੀ ਦੇਵੇ। ਇਹ ਦੇਖ ਸਕਦੇ ਹੋ ਤੁਸੀਂ, ਇੰਨੀ ਮਿੱਟੀ ਗਿਰੀ ਆ। ਚਾਰ ਤੋਲੇ ਜਸਤ ਸੀ ਔਰ ਚਾਰੀ ਤੋਲੇ ਇਸ ਪਰ ਵਰਕੀਆ, ਮੈਂਸਲ, ਪੀਲਾ ਸੰਖਿਆ ਔਰ ਸਿੰਗਰਫ ਕਾਇਮ ਕਰਕੇ ਮਾਰੀ ਹੈ ਜੀ। ਇਹ ਡਿੱਗੀ ਆ ਮਿੱਟੀ ਇਹਦੀ। ਇਹ ਤੋਂ ਅੱਗੇ ਕਿਸ ਤਰੀਕੇ ਨਾਲ ਇਹ ਕੰਮ ਲੈ ਸਕਦੇ ਹਾਂ ਜੀ, ਇਹਦੇ ਬਾਰੇ ਥੋੜ੍ਹਾ ਦੱਸੋ ਕੋਈ ਭਾਈ ਜਿਹਨੂੰ ਜਾਣਕਾਰੀ ਹੋਵੇ ਜੀ। ਠੀਕ ਹੈ ਜੀ, ਇਹ ਤੇਜ਼ਾਬ ਕੀਤਾ ਜੀ, ਇਹਦਾ ਤੇਜ਼ਾਬ ਦੇ ਵਿੱਚ ਕੁਛ ਨੀਚੇ ਬੈਠਿਆ ਅਤੇ ਬਾਕੀ ਉੱਤੇ ਗੰਧਲਾ ਗੰਧਲਾ ਜਿਹਾ ਹੱਲ ਹੋਇਆ ਤੇਜ਼ਾਬ। ਅਤੇ ਇਹਦੇ ਬਾਰੇ ਜ਼ਰੂਰ ਦੱਸਿਓ ਜਿਹਨੂੰ ਵੀ ਪਤਾ ਹੋਵੇ ਜੀ। ਮਹਾਰਾਜ ਸਤਿ ਸ਼੍ਰੀ ਅਕਾਲ।